ਹਾਂਜੀ ਡੀਅਰ ਸਟੂਡੈਂਟਸ ਵੈਲਕਮ ਇਨ ਟੁਡੇਜ਼ ਵੀਡੀਓ ਲੈਸਨ ਅੱਜ ਦਾ ਵੀਡੀਓ ਲੈਸਨ ਖਾਸ ਹੈ ਕਲਾਸ 10th ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇਹਨਾਂ ਲਈ ਆਪਾਂ ਅੱਜ ਕਰਨ ਜਾ ਰਹੇ ਹਾਂ ਬੇਟਾ ਮਾਡਰਲ ਟੈਸਟ ਪੇਪਰ ਤੁਹਾਡਾ ਬਣ ਟਰਮ ਬੰਨ ਲਈ ਫੁਲੀ ਸੋਲਵਡਾ ਪੇਪਰ ਬਸ ਇੱਕ ਵਾਰ ਤੁਸੀਂ ਵੀਡੀਓ ਦੇਖ ਕੇ ਸਾਰਾ ਪੇਪਰ ਧਿਆਨ ਨਾਲ ਯਾਦ ਕਰ ਲੈਣਾ ਠੀਕ ਹੈ ਸੋ ਇਹਨੂੰ ਨੋਟ ਡਾਊਨ ਕਰਨ ਦੀ ਲੋੜ ਨਹੀਂ ਵੀਡੀਓ ਨੂੰ ਧਿਆਨ ਨਾਲ ਦੇਖ ਲੈਣਾ ਸੋ ਕਰਦੇ ਆਪਾਂ ਸਟਾਰਟ ਪੇਪਰ ਸੋ ਹਾਂਜੀ ਬੇਟਾ ਇਹ ਦੇਖੋ ਤੁਹਾਡਾ ਮਾਡਲ ਟੈਸਟ ਪੇਪਰ 1 ਚੌਥੀ ਨੰਬਰ ਦਾ ਤੁਹਾਨੂੰ ਪਤਾ 1.5 ਘੰਟਾ ਮਿਲੂ ਤੁਹਾਨੂੰ ਸਾਰੇ ਕੁਐਸਚਨ ਕੰਪਲਿਟ ਕਰਨ Passe ਨੇ ਸੋ ਇਹਦੇ ਵਿੱਚ ਜਿਹੜਾ ਤੁਹਾਨੂੰ ਰੀਡਿੰਗ ਸੈਕਸ਼ਨ ਦੇ ਵਿੱਚ ਆਇਆਗਾ ਪੈਰਾ ਡਾਕਟਰ ਸੀ ਵੀ ਰਮਨ ਵਾਲਾ ਆਇਆ ਬੇਟਾ ਇਹ 9th ਦੇ ਵਿੱਚ ਲੈਸਨ ਵੀ ਸੀ ਤੁਸੀਂ ਰੀਡ ਕੀਤਾ ਹੋਇਆ ਹੈ ਨਾ ਸੋ ਆਪਾਂ ਇਹਦੇ ਕੁਐਸਚਨ ਦੇਖਾਂਗੇ ਨਾਲ ਹੁੰਦੇ ਵਟ ਕਾਈਂਡ ਆਫ ਅ ਮੈਨ ਵਾਸ ਸੀ ਵੀ ਰਮਨ ਸੀ ਵੀ ਰਮਨ ਕਿਸ ਤਰ੍ਹਾਂ ਦਾ ਇਨਸਾਨ ਸੀ ਸੋ ਆਪਾਂ ਇੱਥੇ ਮੈਂ ਲੱਗਿਆ ਹੋਇਆ ਸੈਕੰਡ ਲਾਈਨ ਦੇ ਵਿੱਚ ਅੰਡਰਲਾਈਨ ਕੀਤਾ ਬਾਉਂਡਲੈਸ ਕਿਉਰਿਓਸਟੀ ਐਂਡ ਹੈਡ ਆ ਲਾਈਬਲੀ ਸੈਂਸ ਆਫ ਹਿਊਮਰ ਸੋ ਇੱਥੇ ਹੁਣ ਦੋਨੋਂ ਆਪਸ਼ਨਸ ਅਵੇਲੇਬਲ ਨੇ ਸੋ ਕਰੈਕਟ ਆਨਸਰ ਬੇਟਾ ਆਪਸ਼ਨ ਸੀ ਯਾ ਬੋਥ ਏ ਐਂਡ ਵੀ ਠੀਕ ਅਗਲਾ ਕੁਐਸਚਨ ਆ ਵਾਟ ਇਜ਼ ਹੀ ਫੇਮਸ ਫੋਰ ਉਹ ਕਾਦੇ ਲਈ ਫੇਮਸ ਸੀਗਾ ਉਹ ਪਹਿਲਾ ਏਸ਼ੀਅਨ ਸਾਇੰਟਿਸਟ ਸੀ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਸੋ ਇਹ ਵੀ ਮੈਂ ਅੰਡਰਲਾਈਨ ਕੀਤਾ ਹੋਇਆ ਪਿਆ ਜੀ ਦੇਖੋ ਸੈਕੰਡ ਲਾਈਨ ਦੇ ਵਿੱਚ ਪਿਆ ਹੈ ਨਾ ਸੋ ਇਹਦਾ ਸੈਕੰਡ ਦਾ ਆਨਸਰ ਹੈ ਬੀ ਫॉर ਬੀਇੰਗ ਦਾ ਫਰਸਟ ਏਸ਼ੀਅਨ ਸਾਇੰਟਿਸਟ ਟੂ ਵਿਨ ਦਾ ਨੋਬਲ ਪ੍ਰਾਈਜ਼ ਓਕੇ ਥਰਡ ਕੁਐਸਚਨ ਆ ਹੀ ਬਲੀਵਡ ਥੈਟ ਇਫ ਹੀ ਰਿਸਰਚ ਇਫ ਦਾ ਰਿਸਰਚ ਵਰਕ ਇਜ਼ ਨਾਟ ਡੈਸ਼ ਐਨੀ ਅਮਾਉਂਟ ਆਫ ਮਨੀ ਕਾਂਟ ਮੇਕ ਦਾ ਸਰਚ ਸਕਸੈਸਫੁਲ ਕੀ ਉਹ ਗੱਲ ਕਰ ਰਹੇ ਨੇ ਇਨਸਪਾਇਰਡ ਫਰੋਮ ਬੇਦੀਨ ਮੀਨਸ ਜੇ ਤੁਹਾਡੇ ਅੰਦਰੋਂ ਹਨਾ ਤੁਸੀਂ ਇਨਸਪਾਇਰ ਨਹੀਂ ਪ੍ਰੇਰਣਾ ਨਹੀਂ ਹੈਗੀ ਤਾਂ ਪੈਸਾ ਜਿਉਨਾ ਮਰਜ਼ੀ ਹੋਵੇ ਤਾਂ ਤੁਹਾਡੀ ਜਿਹੜੀ ਰਿਸਰਚ ਆ ਸਕਸੈਸਫੁਲ ਨਹੀਂ ਹੋ ਸਕਦੀ ਇਹ ਵੀ ਮੈਂਡਰਲਾਈਨ ਕੀਤਾ ਵਾ ਲਾਸਟ ਤੋਂ ਉੱਪਰਲੀ ਲਾਈਨ ਇਨਸਪਾਇਰਡ ਫਰੋਮ ਬੇਦਨ ਠੀਕ ਹੈ ਨੈਕਸਟ ਵਨ ਦਾ ਕੁਮੈਂਟਸ ਦੈਟ ਵਨ ਹਿਮ ਦਾ ਨੋਬਲ ਪ੍ਰਾਈਜ਼ ਜਿਹੜੇ ਉਹਨੇ ਇਕੁਪਮੈਂਟ ਬਣਾਇਆ ਚੀਜ਼ ਬਣਾਈ ਮਸ਼ੀਨ ਬਣਾਈ ਜਾਂ ਉਹਦਨ ਤਿੰਨ ਕਿੰਨੇ ਪੈਸੇ ਦੀ ਸੀਗੀ ਜਿਹਨੇ ਨਾ ਨੋਬਲ ਪ੍ਰਾਈਜ਼ ਮਿਲਿਆ ਡਿਡ ਨਾਟ ਕਾਸਟ ਮੋਰ ਦੈਨ 300 ਰੁਪੀਏ ਸੋ ਦੀ ਕੀਮਤ 300 ਰੁਪਏ ਤੋਂ ਜ਼ਿਆਦਾ ਨਹੀਂ ਸੀ ਇਹ ਆਪਾਂ ਨੂੰ ਸੈਕੰਡ ਹੀ ਲਾਈਨ ਦੇ ਵਿੱਚ ਸਮਝਾਇਆ ਗਿਆ ਹੈ ਹਨਾ ਚਲੋ ਜੀ ਨੈਕਸਟ ਵਨ ਕੁਐਸਚਨ ਨੰਬਰ 5 ਵਿਚ ਵਰਡ ਇਨ ਦਾ ਪੈਸੇਸ ਮੀਨਸ ਸਕਾਲਰੀ ਸਕਾਲਰੀ ਦਾ ਮਤਲਬ ਕੀ ਆ ਪੈਸੇ ਦੇ ਵਿੱਚ ਜੀਨੀਅਸ ਸੋ ਇਸ ਦਾ ਆਨਸਰ ਹੈ ਬੇਟਾ A ਸੋ ਇਹੋ ਗਾ ਤੁਹਾਡਾ ਫਰਸਟ ਪੈਰਾਗ੍ਰਾਫ ਸੋਲਵ ਹੁਣ ਆਪਾਂ ਚੱਲਦੇ ਹਾਂ ਟੈਕਸਟ ਬੁੱਕ ਦੇ ਕੁਐਸਚਨਸ ਵੱਲ ਆਈ ਹੋਪ ਕਿ ਤੁਹਾਨੂੰ ਸਾਰੇ ਬੜੇ इजीली ਆਉਂਦੇ ਨੇ ਥੇਅਰ ਡਿਡ ਦਾ ਸਟੈਚੂ ਆਫ ਹੈਪੀ ਪ੍ਰਿੰਸ ਸਟੈਂਡ ਔਨ ਦਾ ਟਾਲ ਕਾਲਮ ਅਬਵ ਦਾ ਸਿਟੀ ਸੋ ਬੀ ਆਂਸਰ ਹੈ ਸੈਵਨਥ ਦਾ ਹੀ ਵਾ ਹਾਊ ਵਾਸ ਦਾ ਸਟੈਚੂ ਡੈਕੋਰेटेड ਵਿਦ ਥਨ ਫਾਈਨ ਲੀਵਜ਼ ਆਫ ਫਾਈਨ ਗੋਲਡ ਸੀ ਕਰੈਕਟ ਆਂਸਰ ਹੈ 8th ਵਨ ਦਾ ਵਾਟ ਇਜ਼ ਦਾ ਗ੍ਰੇਟੈਸਟ ਟ੍ਰਾਇੰਫ ਆਫ ਸਾਇੰਸ ਫੂਡ ਕਲੋਥਿੰਗ ਐਂਡ ਸ਼ੈਲਟਰ ਜੀ ਇੱਥੇ ਪ੍ਰੋਵਾਈਡ ਲਿਖਿਆ ਹੁੰਦਾ ਮੂਰੇ ਤਾਂ ਹੋਰ ਵੀ ਵਧੀਆ ਗੱਲ ਸੀ ਸੋ ਅਸੀਂ ਈਸ ਦਾ ਚੂਜ਼ ਕਰਾਂਗੇ ਕੁਐਸਚਨ ਨੰਬਰ 9 ਵਿਚ ਇਜ਼ ਦਾ ਗ੍ਰੇਟੈਸਟ ਡੇ ਇਨ ਦਾ ਇਨ ਐਨੀ ਇੰਡੀਵਿਜੂਅਲਸ ਲਾਈਫ ਕਿਸੇ ਬੰਦੇ ਦੀ ਜ਼ਿੰਦਗੀ ਦੀ ਸਭ ਤੋਂ ਵੱਡਾ ਦਿਨ ਕਿਹੜਾ ਹੁੰਦਾ ਸੈਲਫ ਰੈਲਾਈਜੇਸ਼ਨ ਡੇ ਜਿਹਦੇ ਨੂੰ ਆਪਣੇ ਆਪ ਦੀ ਸੈਲਫ ਰੈਲਾਈਜੇਸ਼ਨ ਹੁੰਦੀ ਹੈ ਉਹ ਦਿਨ ਉਹਦੇ ਲਈ ਸਭ ਤੋਂ ਵੱਡਾ ਦਿਨ ਹੁੰਦਾ ਸੋ ਆਪਸ਼ਨ ਏ ਇਜ਼ ਦਾ ਕਰੈਕਟ ਆਨਸਰ ਕੁਐਸਚਨ ਨੰਬਰ 10 ਵਾਟ ਡਿਡ ਡੈਲਾ ਵਾਈ ਫॉर ਜੇਮ ਐਜ਼ ਅ ਕ੍ਰਿਸਮਸ ਗਿਫਟ ਕੀ ਖਰੀਦਿਆ ਸੀ ਡੈਲਾ ਨੇ ਵਾਚ ਚੇਨ ਸੋ ਇਸ ਦਾ ਆਨਸਰ ਹੈ ਸੀ ਨੈਕਸਟ ਵਨ ਆ who did not have enough money to buy a christmas gift ki de kole ne paise nahi si christmas ਗਿਫਟ ਖਰੀਦਣ ਜੋਗੇ ਨਾ ਜਿਮ ਕੋਲੇ ਸੀ ਨਾ ਡੈਲਾ ਕੋਲੇ ਸੀ ਜਿਮ ਨੇ ਆਪਣੀ ਘੜੀ ਵਿੱਚ ਹੀ ਡੈਲਾ ਨੇ ਆਪਣੇ ਵਾਲ ਵਿੱਚ ਸੋ ਇਸ ਦਾ ਕਰੈਕਟ ਆਨਸਰ ਹੈ ਬੇਟਾ ਸੀ ਬੋਥ ਆਫ them ਨੈਕਸਟ ਵਨ ਵੇਅਰ ਵਾਸ ਨੀਮ ਵੈਨ ਦਾ ਆਥਰ ਰੀਗੇਨਡ ਹਿਸ ਆਈਸਾਈਟ ਜਦੋਂ ਆਥਰ ਦੀ ਜਿਹੜੀ ਆਈਸਾਈਟ ਵਾਪਸ ਮਿਲੀ ਉਹਨੂੰ ਤਾਂ ਨੀਮ ਕਿੱਥੇ ਸੀਗਾ ਉਹ ਹਸਪੀਟਲ ਛੱਡ ਕੇ ਜਾ ਚੁੱਕਿਆ ਸੀ ਕਿਉਂਕਿ ਉਹਦੇ ਕੋਲੇ ਆਪਦਾ ਆਪਰੇਸ਼ਨ ਕਰਾਉਣ ਲਈ ਪੈਸੇ ਨਹੀਂ ਸੀ ਸੋ ਆਪਸ਼ਨ ਡੀ ਲੈਫਟ ਦਾ ਹਸਪੀਟਲ ਇਜ਼ ਦਾ ਕਰੈਕਟ ਆਨਸਰ ਫਾਰ ਕੁਐਸਚਨ ਨੰਬਰ 12 ਸੋ ਕੁਐਸਚਨ ਨੰਬਰ 13 ਹਾਊ ਮੈਨੀ ਚਿਲड्रन ਹੈਡ ਸੋਫੀਆ ਸੋਫੀਆ ਦੇ ਕਿੰਨੇ ਬੱਚੇ ਸੀ 5 ਸੋ ਆਪਸ਼ਨ ਸੀ ਇਜ਼ ਦਾ ਕਰੈਕਟ ਆਨਸਰ ਕੁਐਸਚਨ ਨੰਬਰ 14 ਹਾਊ ਮਚ ਰਾਈਸ ਡਿਡ ਸੋਫੀਆ ਐਗਰੀ ਟੂ ਸੇਲ ਦਾ ਮੈਨ ਕਿੰਨੇ ਚੌਲ ਵੇਚਣ ਲਈ ਉਹ ਆਦਮੀ ਨੂੰ ਐਗਰੀ ਹੋ ਗਿਆ ਸੀ ਹਾਫ ਅ ਸੈਗ ਸੋ ਬੀ ਆਪਸ਼ਨ ਇਹਦਾ ਆਨਸਰ ਆ। ਓਕੇ ਨੈਕਸਟ ਵਨ ਕੁਐਸਚਨ ਨੰਬਰ 15 ਹੂ ਵਾਸ ਮਿਸ ਲੋਟਾ ਲਾਰੈਂਸ? ਕੌਣ ਸੀ ਉਹ ਐਕਟਰੈਸ ਸਿਗੀ? ਸੋ ਇਸਦਾ ਆਨਸਰ ਆ ਸੀ। ਵੇ ਆਰ ਡੈਡ ਗਿਲਿਨ ਕੋ ਫਾਰ ਗੋ ਆਫਟਰ ਟਾਕਿੰਗ ਟੂ ਦਾ ਬਲਾਈਂਡ ਮੈਨ। ਅਨ੍ਨੇ ਵਿਅਕਤੀ ਨਾਲ ਗੱਲਬਾਤ ਕਰਨ ਤੋਂ ਬਾਅਦ ਗਿਲਿਨ ਕਿੱਥੇ ਗਿਆ ਸੀਗਾ? ਟੂ ਦਾ ਲਾਇਰ। ਸੋ ਬੀ ਇਹਦਾ ਕਰੈਕਟ ਆਨਸਰ ਹੈ ਬੇਟਾ। ਅਗਿਆ 55 ਆਇਆ ਹੋਇਆ ਸਾਨੂੰ ਦੇਖੋ। ほ ਹੈਪੀ ਐਜ਼ ਹੀ ਬੌਰਨ ਅ ਟਾਟ ਹਨਾ ਇੱਕੀ ਦੇ ਜੋ ਹੈਪੀ ਪ੍ਰਿੰਸ ਵਾਲੇ ਚੋਂ ਸੋ ਨੇਮ ਦਾ ਪੋਇਮੈਂਟ ਦਾ ਪੋਇਟ ਕੈਰੈਕਟਰ ਆਫ ਅ ਹੈਪੀ ਮੈਨ ਬਾਈ ਸਰ ਹੈਨਰੀ ਵਾਟਨ ਪਹਿਲਾ ਹੀ ਆਪਸ਼ਨ ਆ ਜਿਹੜਾ ਇੱਥੇ ਧਿਆਨ ਨਾਲ ਦੇਖ ਲਿਓ ਬਟਾ ਕੈਰੈਕਟਰ ਆਫ ਅ ਹੈਪੀ ਮੈਨ ਸੇਮ ਆ ਬਾਈ ਹੈਨਰੀ ਵਾਟਨ ਸਾਰ ਨਹੀਂ ਲੱਗਿਆ ਹੋਇਆ ਬਾਕੀ ਸਾਰਾ ਸੇਮ ਹੀ ਐ ਉਹਦੋਂ ਬਾਅਦ ਡੈਥ ਦਾ ਲੈਵਲਰ ਆ ਗਿਆ ਤੀਜਾ ਚੌਥਾ ਚੌਥੀ ਆਪਸ਼ਨ ਦੇ ਵਿੱਚ ਕਰੈਕਟਰ ਆਫ ਹੈਪੀ ਮੈਨ ਬਾਏ ਵਿਲੀਅਮ ਵਰਡਸਵਰਥ ਸੋ ਧਿਆਨ ਅਨਸਾਰ ਹੈਨਰੀ ਵਾਟਨ ਸਾਰਾ ਸਹੀ ਹੋਣਾ ਚਾਹੀਦਾ ਇਹ ਆਨਸਰ ਹੈ ਕੁਐਸਚਨ ਨੰਬਰ 18 ਵਾਟ ਇਜ਼ ਹਿਸ ਆਊਟਮੋਸਟ ਸਕੇਲ ਉਹਦੀ ਆਊਟਮੋਸਟ ਸਕੇਲ ਕੀ ਸੀਗੀ ਸਿੰਪਲ ਟਰੁਥ ਸੋ ਇਸਦਾ ਆਨਸਰ ਹੈ ਡੀ ਬੇਅਰਡਡ ਪ੍ਰਤਾਪ ਸਿੰਘ ਲਿਵ ਕਿੱਥੇ ਰਹਿੰਦਾ ਸੀ ਜੋਧਪੁਰ ਸੋ ਇਸਦਾ ਆਨਸਰ ਹੈ ਸੀ what does a truly happy person not care about ਜਿਹੜਾ ਅਸਲ ਵਿੱਚ ਖੁਸ਼ ਵਿਅਕਤੀ ਹੁੰਦਾ ਕਿਹੜੀ ਚੀਜ਼ ਦੀ ਪਰਵਾਹ ਨਹੀਂ ਕਰਦਾ ਵਰਲਡੀ ਫੇਮ ਸੰਸਾਰਿਕ ਪ੍ਰਸਿੱਧੀ ਦੀ ਨਹੀਂ ਉਹ ਕਰਦਾ ਕੋਈ ਪਰਵਾਹ ਸੋ ਹੋ ਗਿਆ ਏ ਸੈਕਸ਼ਨ ਸੀ ਵੋਕੈਬਲਰੀ ਕੀ ਕੁਐਸਚਨ ਹੈ गिव ਵਨ ਵਰਡ ਫਾਰ ਦਾ ਫੋਲੋਇੰਗ ਸਾਨੂੰ ਇੱਥੇ ਵਨ ਵਰਡ ਦੇਣ ਲਈ ਕਿਹਾ ਇੱਕ ਏ ਦੇ ਚ ਆਇਆ ਸੀ ਹੁਣ ਇੱਥੇ ਆ ਪਰਸਨ ਹੂ ਡਸ ਨਾਟ ਬਲੀਵ ਇਨ ਗੋਡ ਠੀਕ ਆ ਤਾਂ ਫਿਰ ਅਸੀਂ ਬੀ ਆਪਸ਼ਨ ਚੂਜ਼ ਕੀਤੀ ਆ ਏ ਲੱਗ ਗਿਆ ਹਨਾ ਮੁਰੇ ਅਗਰ ਆਉਂਦਾ ਅ ਪਰਸਨ ਹੂ ਬਲੀਵ ਇਨ ਗੋਡ ਤਾਂ ਫਿਰ ਅਸੀਂ ਏ ਆਪਸ਼ਨ ਚੂਜ਼ ਕਰਦੇ ਸੋ ਇਸ ਚੀਜ਼ ਨੂੰ ਧਿਆਨ ਨਾਲ ਦੇਖ ਲਿਓ ਨੈਕਸਟ ਵਨ ਚੂਜ਼ ਦਾ ਕਰੈਕਟ ਪਰਵਰਬ ਫਰਮ ਦਾ ਫਾਲੋਇੰਗ ਸੈਂਟੈਂਸ ਈਟਿੰਗ ਐਨ ਐਪਲ ਡੇਲੀ ਕੀਪਸ ਅਸ ਹੈਲਦੀ ਸੋ ਐਨ ਐਪਲ ਅ ਡੇ ਕੀਪਸ ਦਾ ਡਾਕਟਰ ਅਵੇ ਇਹ ਅਸੀਂ ਚੂਜ਼ ਕਰਾਂਗੇ ਏ ਆਪਸ਼ਨ ਓਕੇ ਨੈਕਸਟ ਵਨ ਚੂਜ਼ ਦਾ ਕਰੈਕਟ ਸੈਂਟੈਂਸ ਸਾਨੂੰ ਚਾਰ ਸੈਂਟੈਂਸ ਦਿੱਤੇ ਹੋਏ ਨੇ ਆਈ ਹੈਵ ਐਨ ਹੈਡੇਕ ਆਈ ਹੈਵ ਹੈਡੇਕ ਆਈ ਹੈਵ ਸਮ ਹੈਡੇਕ ਆਈ ਹੈਵ ਫਿਊ ਹੈਡੇਕ ਸੋ ਸਿੱਧਾ ਇਹਦਾ ਆਨਸਰ ਆ ਬੀ ਆਈ ਹੈਵ ਹੈਡੇਕ ਲਓ ਜੀ ਕੁਐਸਚਨ ਨੰਬਰ 24 ਦੇਰ ਇਜ਼ ਨਾਟ ਅ ਸਿੰਗਲ ਕਲਾਊਡ ਇਨ ਦਾ ਸਕਾਈ ਇਹ ਟ੍ਰਾਂਸਲੇਸ਼ਨ ਆ ਗਈ ਬੇਟਾ ਲੈਸਨਾਂ ਵਾਲੀ ਆਕਾਸ਼ ਵਿੱਚ ਇੱਕ ਵੀ ਬੱਦਲ ਨਹੀਂ ਹੈ ओके सी ऑप्शन चूज करेंगे दिस इज अ प्रॉब्लम कॉमन टू अस ऑल ए ਸਾਰੇ ਸਾਰਿਆਂ ਦੀ ਹੁੰਣਾ ਉੱਥੇ ਸਾਂਝੀ ਸਮੱਸਿਆ ਹੈ ਸੋ অপਸ਼ਨ ਡੀ ਇਸ ਦਾ கரੈਕਟ ਆਨਸਰ ਨੈਕਸਟ 126 ਸਾਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ ਵੀ ਸ਼ੁਡ obey our parents ਵੀ ਸ਼ੁਡ obey the parents ਵੀ ਕੈਨ obey our parents ਸੋ ਪਹਿਲਾ ਤਾਂ ਨੰਬਰ 1 ਕਬੀ ਛੋਡਾ ਵਾਲਾ ਆਉਣਾ 2 ਛੋਡਾ ਵਾਲੇ 2 ਹੋਗੇ ਸੋ ਉਹਨਾਂ ਚੋਂ ਦੇਖੋ ਉਥੇ ਅਵਰ ਆ ਰਿਹਾ ਦਾਲਾ ਨਹੀਂ ਚੂਸ ਕਰਨਾ ਸੋ ਏ ਆਪਸ਼ਨ ਆ ਦਾ ਰਾਈਟ ਆਨਸਰ ਉਹ ਕਦੇ ਆਗਰੇ ਨਹੀਂ ਗਿਆ ਸੋ ਇਹਦੇ ਵੀ ਸਾਨੂੰ ਚਾਰ ਆਪਸ਼ਨਸ ਅਵੇਲੇਬਲ ਨੇ ਕਦੇ ਇਹ ਨਹੀਂ ਹੁੰਦੀਆ ਨੈਵਰ ਸੋ ਨੈਵਰ ਸਿਰਫ ਇੱਕ ਚ ਲੱਗਿਆ ਵੀ ਹੀ ਹੈਜ਼ ਨੈਵਰ ਵੀਨ ਟੂ ਆਗਰਾ ਡੀ ਆਪਸ਼ਨ ਇਜ਼ ਦਾ ਕਰੈਕਟ ਆਨਸਰ 28th ਡੈਲੀ ਇਜ਼ ਇਹ ਅੱਜ ਵੀ ਆਪਾਂ ਕੀਤਾ ਸੀ ਕਲਾਸ ਦੇ ਵਿੱਚ ਕੀ ਲੱਗਣਾ ਇੱਥੇ ਆਰਟੀਕਲ ਦਾ ਦਿੱਲੀ ਇਜ਼ ਦਾ ਕੈਪੀਟਲ ਆਫ ਇੰਡੀਆ ਸੈਕੰਡ ਵਨ ਬੋਡ ਯੂ ਲਾਈਕ ਡੈਸ਼ ਕਾਫੀ ਉੱਥੇ ਆਉ ਸਮ ਕਾਫੀ ਓਕੇ ਨੈਕਸਟ ਵਨ ਫਿਲ ਇਨ ਦਾ ਬਲੈਂਕਸ ਸੂਟੇਬਲ ਪ੍ਰੇਪੋਜੀਸ਼ਨਸ ਮਿਸਟਰ ਅਨਲ ਇਜ਼ ਨੋਨ ਡੈਸ਼ ਮੀ ਸੋ ਇੱਥੇ ਹੋਣਾ ਟੂ ਨੋਨ ਟੂ ਮੀ ਓਕੇ ਹੀ ਇਜ਼ ਵੈਰੀ ਕਾਈਂਡ ਡੈਸ਼ ਅਦਰਸ ਟੂ ਅਦਰਸ ਇਟ ਵੀ ਟੂ ਹੋਣਾ ਸੋ ਡੀ ਆਪਸ਼ਨ ਹੈ Thirty-second. Complete the following sentence using the non-finite form of the verb given in the bracket. Bracket the which is word that appear. He na? So, here I am afraid of appearing in the code. So, B option is a correct answer. Select the correct clause for the underlined part. ਜਿਹੜਾ ਪਾਰਟ ਅੰਡਰਲਾਈਨ ਕੀਤਾ that bit his wife ਇਹਨੂੰ ਅਸੀਂ ਦੱਸਣਾ ਕਲੌਜ਼ ਕਿਹੜੀ ਹੈ ਬਟਾ ਹੁਣ ਦੇਖੋ ਹੀ ਕਿਲਡ ਦਾ ਸਨੇਕ ਸਨੇਕ ਨੂੰ ਹੀ ਗਾਹਾਂ ਡਿਸਕ੍ਰਾਈਬ ਕੀਤਾ ਹੋਇਆ that oh, white yeah, bit white his wife ਉਹ ਸਨੇਕ ਜਿਹਨੇ ਉਹਦੇ ਵਾਈਫ ਨੂੰ ਵੜ ਲਿਆ ਹੁਣ ਸਨੇਕ ਕੀ ਹੈ ਨਾਉਨ ਆ ਨਾਉਨ ਨੂੰ ਡਿਸਕ੍ਰਾਈਬ ਕੀਤਾ ਸੋ ਇਹ ਐਡਜੈਕਟਿਵ ਕਲੌਜ਼ ਆ ਇਸ ਦਾ ਆਨਸਰ ਹੈ ਸੀ ਨੈਕਸਟ ਵਨ ਚੂਜ਼ ਦਾ ਕਰੈਕਟ ਪੈਸਿਵ of the following sentence Ravindranath Tagore wrote the Geetanjali. ਇਹਨੂੰ passive forms ਲਿਖਾਂਗੇ the Geetanjali wrote ਲੱਗਿਆ ਹੋਇਆ ਨਾ second form ਆ ਇਹਦਾ ਇਹਦਾ past tense ਆ so ਬਾਜ਼ ਲੱਗੂ ਬਾਜ਼ ਫਿਰ write ਦੀ ਤੀਜੀ form ਹੋਗੀ written by Ravindranath Tagore so B is the correct answer. 35th fill in the blanks using correct infinitive. Do you want dash my address to know? ਇਹਦੇ ਜਣਾ to know ਚਲੋ ਜੀ ਇਹ ਹੋ ਗਿਆ ਹੁਣ ਜਿਹੜਾ 36 ਤੋਂ ਲੈ ਕੇ 37 ਵਾਲੇ ਦੋ ਕੁਐਸਚਨ ਨੇ ਉਸ ਕਨਵਰਸੇਸ਼ਨ ਤੇ 베이스 ਨੇ ਸੋ ਕਨਵਰਸੇਸ਼ਨ ਧਿਆਨ ਨਾਲ ਦੇਖ ਲੋ ਇੱਕ ਮੈਸੇਜ ਆ ਰਮੇਸ਼ ਕਾਲ ਕਰ ਰਿਹਾ ਹੈਲੋ ਰੀਆ ਵੇਅਰ ਇਜ਼ ਮਮਾ ਰੀਆ ਸ਼ੀ ਹੈਜ਼ ਗੋਨ ਟੂ ਦ ਕਿਟੀ ਪਾਰਟੀ ਫਿਰ ਰਮੇਸ਼ ਕੀ ਕਹਿੰਦਾ ਪਲੀਜ਼ टेल ਹਰ ਦੈਟ ਆਈ ਵਿਲ ਬ੍ਰਿੰਗ ਟੂ ਆਫ ਮਾਈ ਫਰੈਂਡਸ ਫਾਰ ਡਿਨਰ ਟੁਨਾਈਟ ਰੀਆ ਕਹਿੰਦੀ ਫਾਈਨ ਇਜ਼ ਥੇਅਰ ਐਨੀਥਿੰਗ ਐਲਸ ਸ਼ੀ ਸ਼ੁੱਡ ਨੋ ਕੁਝ ਹੋਰ ਵੀ ਅਜ ਨੂੰ ਪਤਾ ਹੋਣਾ ਚਾਹੀਦਾ ਰਮੇਸ਼ ਕਹਿੰਦਾ ਜੈਸ ਟੈਲ ਹਰ ਟੂ ਪ੍ਰਪੇਅਰ ਫਿਸ਼ ਕਰੀ ਸੋ ਕੀ ਨੂੰ ਕਾਲ ਕੀਤੀ ਆ ਮਮਾ ਲਈ ਕਾਲ ਕੀਤੀ ਆ ਕਾਰਨ ਨੂੰ ਕੀ ਕਿਹਾ ਪ੍ਰਪੇਅਰ ਫਿਸ਼ ਕਰੀ ਲੋ ਜੀ ਹੁਣ ਆਪਾਂ ਇਹਦੇ ਕੁਐਸਚਨਸ ਦੇਖ ਲਈਏ ਹੂਮ ਡਸ ਰਮੇਸ਼ ਵਾਂ ਟੂ ਟਾਕ ਕਿਹਦੇ ਨਾਲ ਗੱਲ ਕਰਨਾ ਚਾਹੁੰਦਾ ਸੀ ਰੀਆ ਦੀ ਮਮਾ ਨਾਲ ਵਾਟ ਇਜ਼ ਦਾ ਮੈਸੇਜ 기ਵਨ ਵਾਈ ਰਮੇਸ਼ ਰਮੇਸ਼ ਨੇ ਮੈਸੇਜ ਕੀ ਦਿੱਤਾ ਟੂ ਪ੍ਰਪੇਅਰ ਫਿਸ਼ ਕਰੀ ਸੋ ਬੀ ਇਜ਼ ਅ ਕੋਰੈਕਟ ਆਨਸਰ 38th ਵਾਟ ਸ਼ੁੱਡ ਨਾਟ ਬੀ ਰਿਟਨ ਵਾਈਲ ਐਡਵਰਟਾਈਜ਼ਿੰਗ ਫੋਰ ਆਰਗੈਨਿਕ ਫੂਡ ਜਦੋਂ ਅਸੀਂ ਆਰਗੈਨਿਕ ਫੂਡ ਲਈ ਐਡਵਰਟਾਈਜ਼ ਕਰ ਰਹੇ ਹਾਂ ਐਡਵਰਟਾਈਜ਼ਮੈਂਟ ਲਿਖ ਰਹੇ ਹਾਂ ਬੇਟਾ ਸੋ ਫਿਰ ਉਹ ਕਹਿੰਦੇ ਕਿਹੜੀ ਚੀਜ਼ ਅਸੀਂ ਇਹਦੇ ਵਿੱਚੋਂ ਨਹੀਂ ਲਿਖਣੀ ਈਟ ਆਰਗੈਨਿਕ ਕੀਪ ਹੈਲਦੀ ਠੀਕ ਆ ਲਿਖਾਂਗੇ ਇਸਕਲ ਡਾਇਰੈਕਟਲੀ ਫਰੋਮ ਨੇਚਰ ਇਹ ਵੀ ਲਿਖਾਂਗੇ ਬਹੁਤ ਸਹੀ ਕੰਟੇਨ ਕੈਮੀਕਲਸ ਜਦੋਂ ਆਰਗੈਨਿਕ ਖੇਤੀ ਹੈ ਕੈਮੀਕਲ ਦਾ ਉੱਥੇ ਕੋਈ ਕੰਮ ਹੀ ਨਹੀਂ ਸੋ ਅਸੀਂ ਇਹ ਲਾਈਨ ਨਹੀਂ ਲਿਖਾਂਗੇ ਸੋ ਇਹਦਾ ਕਰੈਕਟ ਆਨਸਰ ਕੀ ਆ অপਸ਼ਨ ਸੀ ਲਓ ਜੀ ਨੈਕਸਟ ਵਨ ਤੇ ਆ ਗਏ 39th ਵੈਰੀ ਗੁੱਡ ਚਲੋ ਜੀ ਹੋ ਗਿਆ ਲਗਭਗ 39th ਕੀ ਕਹਿ ਰਿਹਾ ਬਟ ਸ਼ੁਡ ਬੀ ਰਿਟਨ ਵਾਈਲ ਐਡਵਰਟਾਈਜ਼ਿੰਗ ਫਾਰ ਬ੍ਰਾਂਡਡ ਸ਼ੈਂਪੂ ਜਦੋਂ ਤੁਸੀਂ ਕਿਸੇ ਬ੍ਰਾਂਡਡ ਸ਼ੈਂਪੂ ਦੀ ਐਡਵਰਟਾਈਜ਼ਮੈਂਟ ਕਰ ਰਹੇ ਹੋ ਤੁਸੀਂ ਕੀ ਲਿਖੋਗੇ ਹੁਣ ਉੱਥੇ ਸੀ ਕੀ ਨਹੀਂ ਲਿਖੋਗੇ ਇੱਥੇ ਕੀ ਲਿਖੋਗੇ ਪਹਿਲਾ ਕੀ ਕਹਿ ਰਿਹਾ ਇਨਕਰੀਜ਼ ਮੈਮਰੀ ਲਾਸ ਲਓ ਜੀ ਉਹ ਕਹਿੰਦਾ ਤੁਹਾਡੀ ਮੈਮਰੀ ਲਾਸ ਹੋ ਜੂ ਤੁਹਾਡੇ ਜ਼ਿਆਦਾ ਜਿਹੜੀ ਭੁੱਲਦੇ ਹੋ ਹੋਰ ਵਧਾ ਦੂ ਉਸ ਚੀਜ਼ ਨੂੰ ਸੈਕੰਡ ਵਿੱਚ ਕਹਿੰਦੇ ਇਨਕਰੀਜ਼ ਸ਼ਾਈਨਿੰਗ ਐਂਡ ਸਮੂਥਨੈਸ ਤੁਹਾਡੇ ਬਾਲਾਂ ਦੀ ਸ਼ਾਈਨਿੰਗ ਵੀ ਵਧਾ ਦੂ ਤੇ ਸਮੂਥਨੈਸ ਵੀ ਵਧਾ ਦੂ ਹਾਂ ਇਹ ਅਸੀਂ ਲਿਖਾਂਗੇ ਥਰਡ ਵੀ ਦੇਖ ਲਈਏ ਇਨਕਰੀਜ਼ ਇਨ ਸਕਿਨ ਰੋਟੇਸ਼ਨ ਤੁਹਾਡੀ ਜਿਹੜੀ ਸਕਿਨ ਦੀ ਖਾਜ ਖੁਜਲੀਆ ਇਰਿਟੇਸ਼ਨ ਆ ਉਹਨੂੰ ਵਧਾ ਦੂ ਇਨਕਰੀਜ਼ ਹੈਅਰ ਫਾਲ ਤੁਹਾਡੇ ਬਾਲ ਹੋਰ ਜ਼ਿਆਦਾ ਝੜਨ ਲੱਗ ਜਾਣਗੇ ਸੋ ਅਸੀਂ ਇਹ ਕੁਝ ਨਹੀਂ ਲਿਖਾਂਗੇ ਅਸੀਂ ਲਿਖਾਂਗੇ ਬੀ ਆਪਸ਼ਨ ਇਨਕਰੀਜ਼ ਸ਼ਾਈਨਿੰਗ ਐਂਡ ਸਮੂਥਨੈਸ ਨੈਕਸਟ ਵਨ ਕਵੈਸਚਨ ਨੰਬਰ 40 ਡਿਪੈਂਡ ਕਰਦਾ ਦੇਖੋ ਇਹ ਜਿਹੜਾ ਨੋਟਸ ਦਿੱਤਾ ਹੈ ਉਹਦੇ ਤੇ ਰਕੇਸ਼ ਸ਼ਰਮਾ ਇਜ਼ ਅ ਸਟੂਡੈਂਟ ਆਫ ਕਲਾਸ 10th ਇਨ ਗਾਂਧੀ ਪਬਲਿਕ ਸਕੂਲ ਆਗਰਾ ਠੀਕ ਹੈ ਹੀ ਹੈਜ਼ ਲੋਸਟ ਹਿਸ ਪੈਨ ਡਿਊਰਿੰਗ ਦਾ ਲੰਚ ਬ੍ਰੇਕ ਡਰਾਫਟ ਆ ਨੋਟਸ ਫਾਰ ਦਾ ਸਕੂਲ ਨੋਟਿਸ ਬੋਰਡ ਬਟ 윌 ਨਾਟ ਈ ਬੀ ਰਿਟਨ ਇਨ ਦਾ ਨੋਟਿਸ ਕੀ ਨਾਟ ਕਿਹੜੀ ਚੀਜ਼ ਨਹੀਂ ਲਿਖਣੀ ਪਾਰਕਰ ਪੈਨ ਲਿਖਾਂਗੇ ਸਟੀਲ ਕ੍ਰੀ ਬੋਡੀ ਲਿਖਾਂਗੇ ফাইন্ডਰ বেল ਵੀ ইগনোরড ਜਿਹੜਾ ਲੱਭ ਕੇ ਲਿਆਊ ਉਹਨੂੰ ਕੋਈ ਤਵੱਜੋ ਨਹੀਂ ਦਿੱਤੀ ਜਾਊਗੀ ਇਹ ਤਾਂ ਨਹੀਂ লিখਾਂਗੇ ਆਪਾਂ ਉਹਨੂੰ ਰਿਵਾਰਡ ਦਿੰਨੇ ਹੁੰਦੇ ਆ ਆਪਾਂ ਲਿਖਦੇ ਹੁੰਨੇ ਆ ਨੋਟਸ ਲਿਖਦੇ ਆ ਜਦੋਂ ਜਿਹੜਾ ਲੱਭ ਕੇ ਲੈ ਕੇ ਆਊਗਾ ਉਹਨੂੰ ਸੂਟੇਬਲ ਰਿਵਾਰਡ ਦਿੱਤਾ ਜਾਊਗਾ ਹੈਨਾ ਸੋ ਸੀ অপਸ਼ਨ ਇਸ ਦਾ রাইਟ ਆਨਸਰ ਬੇਟਾ ਸੋ ਐਸੀ ਤੁਹਾਡਾ ਮਾਡਲ ਟੈਸਟ ਵੀ ਆਪਾਂ ਸੋਲਵ ਹੋ ਗਿਆ ਇਹਨੂੰ ਧਿਆਨ ਨਾਲ ਵੀਡੀਓ ਨੂੰ ਸਾਰੀ ਨੂੰ ਦੇਖ ਲੈਣਾ ਅਗਰ ਇਹਦੇ ਚ ਕੁਝ ਵੀ ਆਵੇ ਤਾਂ ਤੁਹਾਡੇ ਤੁਹਾਡਾ ਮਿਸ ਨਾ ਹੋਵੇ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨੀ ਆ ਜਿਨ੍ਹਾਂ ਨੂੰ ਤੁਸੀਂ ਸ਼ੇਅਰ ਕਰਦੇ ਹੋ ਤਾਂ ਕਿ ਉਹ ਵੀ ਆਪਣੇ ਪੇਪਰ ਲਈ ਪ੍ਰਪੇਅਰ ਹੋ ਸਕਣ ਠੀਕ ਹੈ ਬਾਏ ਬਾਏ ਹੁਣ ਆਉਣ ਵਾਲੀਆਂ ਨੈਕਸਟ ਵੀਡੀਓਜ਼ ਦੇ ਵਿੱਚ ਤੁਹਾਨੂੰ ਗ੍ਰਾਮਰ ਪੋਰਸ਼ਨ ਔਰ ਹੋਰ ਮਾਡਲ ਟੈਸਟ ਪੇਪਰ ਕਰਵਾਏ ਜਾਣਗੇ ਪੇਪਰ ਦੀ ਤਿਆਰੀ ਲਈ ਸੋ ਬਨੇ ਰਹਿਣਾ ਚੈਨਲ ਦੇ ਨਾਲ ਬਾਏ ਬਾਏ